देखो जी ये सारा कुछ इंद्रबीर सिंह कालो ना इंद्रबीर सिंह कालो नवदीप डिप्टी ठीक है सिक्योरिटी डिप्टी है जेड़ा भुपिंदर सिंह जसपाल सिंह ये सारे रल मिल के इन्हों का नैक्सस चलाया हुआ जेलों के बच्चे ਪੰਜਾਬ ਦੀ ਇੱਕ ਨੰਬਰ ਜੇਲ੍ਹ ਸੈਂਟਰ ਹਾਈ ਸਕਿਉਰਿਟੀ ਜੇਲ੍ਹ ਬਠਿੰਡਾ ਦੇ ਵਿੱਚ ਬੋਲਦੇ ਪਏ ਆ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਜੋ ਕੁਛ ਬਾਹਰ ਸਰਕਾਰਾਂ ਜਾਂ ਪ੍ਰਸ਼ਾਸਨ ਦਿਖਾਉਂਦਾ ਪਿਆ ਉਹ ਸਭ ਹੋਕੇ ਫੈਂਟਰ ਆ ਇਹਨਾਂ ਦੇ ਇੱਥੇ ਸਭ ਕੁਛ ਹੀ ਚੱਲਦਾ ਉਹਦੇ ਅਸੀਂ ਸਾਰੇ ਗਵਾਹ ਆ ਇੱਥੇ ਬੇਹੱਦ ਟੌਰਚਰ ਕੀਤਾ ਜਾਂਦਾ ਸਾਰਿਆਂ ਨੂੰ ਕਿਸੇ ਦਾ ਗਿੱਟਾ ਭੰਨਿਆ ਜਾਂਦਾ ਕਿਸੇ ਦੀਆਂ ਲੱਤਾਂ ਭੰਨੀਆਂ ਜਾਂਦੀਆਂ ਡਾਂਗਾ ਮਾਰ ਮਾਰ ਕੇ ਡਾਂਗਾ ਤੋੜੀਆਂ ਜਾਂਦੀਆਂ ਇਹਨਾਂ ਤੇ ਠੀਕ ਆ ਬੰਦ ਇਹ ਹਾਈ ਸਕਿਉਰਿਟੀ ਕਰਕੇ ਇੱਥੇ ਪ੍ਰੈਸ਼ਰਾਈਜ਼ ਕਰਦੇ ਆ ਲੋਕਾਂ ਨੂੰ ਮੈਂਟਲੀ ਅਪਸੈਟ ਕਰਦੇ ਆ ਲੋਕਾਂ ਨੂੰ ਠੀਕ ਆ ਮੈਂਟਲੀ ਟੌਰਚਰ ਕੀਤਾ ਜਾਂਦਾ ਲੋਕਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਜੇਲ੍ਹ ਦੇ ਵਿੱਚ ਕਿਵੇਂ ਬਾਹਰ ਲੋਕਾਂ ਨੂੰ ਆਇਆ ਜਾਂਦਾ ਕਿਵੇਂ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਅਸੀਂ ਬਹੁਤ ਸਫਾਈ ਕੀਤੀ ਆ ਅੱਜ ਫੜਾਓ ਮਾੜਾ ਜਿਹਾ ਬੋਲ ਕੇ ਵੀਡੀਓ ਫੋਨ ਦਿਖਾਓ ਇਹਨਾਂ ਆ ਦੇਖੋ ਬਈ ਖੜੇ ਰਹੋ ਬਾਕੀ ਖੜੇ ਰਹੋ ਆ ਦੇਖੋ ਜੀ ਇਹ ਸਾਰਾ ਕੁਛ ਇੰਦਰਬੀਰ ਸਿੰਘ ਕਾਲੋ ਇੰਦਰਬੀਰ ਸਿੰਘ ਕਾਲੋ ਨਵਦੀਪ ਡਿਪਟੀ ਠੀਕ ਆ ਸਿਕਿਉਰਿਟੀ ਡਿਪਟੀ ਆ ਜਿਹੜਾ ਭੁਪਿੰਦਰ ਸਿੰਘ ਆ ਜਸਪਾਲ ਸਿੰਘ ਆ ਇਹ ਸਾਰੇ ਰਲ ਮਿਲ ਕੇ ਇਹਨਾਂ ਦਾ ਨੈਕਸਸ ਚਲਾਇਆ ਹੋਇਆ ਜੇਲ੍ਹਾਂ ਦੇ ਵਿੱਚ ਬੇਹੱਦ ਇਹ ਕਹਿੰਦੇ ਆ ਵੀ ਸਾਡਾ ਸਮਾਨ ਵਿਕੇ ਪੈਸੇ ਲੈਂਦੇ ਆ ਬੈਰਕਾਂ ਦੇ ਵਿੱਚ ਠੀਕ ਆ ਆਪ ਹੀ ਚੀਜ਼ਾਂ ਦੇ ਕੇ ਲੋਕਾਂ ਨੂੰ ਕਹਿੰਦੇ ਆ ਸਾਨੂੰ ਵੀ ਵੰਡੋ ਇਹਨਾਂ ਤੋਂ ਪੈਸੇ ਇਕੱਠੇ ਕਰੋ ਤੇ ਲੱਖ ਲੱਖ ਰੁਪਇਆ ਬੈਰਕਾਂ ਦਾ ਦਿੰਦੇ ਆ ਠੀਕ ਆ ਆ ਮੁੰਡਾ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਤੇ ਦੇਖੋ ਸਾਰਿਆਂ ਦੀ ਹੌਂਦਾ ਦੀ ਚੈਕਿੰਗ ਹੁੰਦੀ ਹੈ ਇਹਨਾਂ ਦੀ ਚੈਕਿੰਗ ਘੱਟ ਹੁੰਦੀ ਆ ਉਹਨੂੰ ਹਾਈ ਸਕਿਉਰਿਟੀ ਜਿਹੜਾ ਸਮਾਨ ਲੱਗਦਾ ਨਹੀਂ ਕਾਲੋ ਹੋਇਆ ਅੱਜ ਸਪਾਰ ਡਿਊਟੀ ਹੋਇਆ ਡਿਊਟੀ ਦਾ ਹੀ ਚੈਕਿੰਗ ਘੱਟ ਹੁੰਦੀ ਆ ਇਹ ਸਾਰਾ ਸਮਾਨ ਸਾਡੇ 302 ਦਾ ਪਰਚਾ ਤਾਂ ਅਸੀਂ ਬਾਹਰੇ ਕੋਈ ਨਸ਼ਾ ਪੱਤਾ ਨਹੀਂ ਕਰਦੇ ਸੀ ਤੇ ਉਰੇ ਸਾਡੇ ਕੇਸ ਵਾਲ ਨੂੰ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ ਕਿਸੇ ਨੂੰ HIV ਹੋ ਗਈ ਇਹ ਬਸ ਲੋਕਾਂ ਤੋਂ ਪਰਦਾ ਰੱਖਦੇ ਆ ਤੇ ਬਹੁਤ ਜ਼ਿਆਦਾ ਉਰੇ ਬਸ ਦਵਾਈ ਦੂਈ ਦਿੱਤੀ ਨਹੀਂ ਜਾਂਦੀ ਆ ਦੇਖੋ ਮੇਰਾ ਦੋ ਮੜਾ ਗਿੱਟਾ ਤੋੜਦਾ ਦੇਖੋ ਕਿਵੇਂ ਹੋ ਰਿਹਾ ਵੀਰ ਮੈਂ ਇਹਦੇ ਨੀਲ ਪਾਤਾ ਜੀ ਆ ਗਿੱਟਾ ਇਹਦਾ ਜਮਾ ਹੋ ਹੋਇਆ ਸਮਾਨ ਵੇਚ ਮੈਨੂੰ ਮੈਂ ਸਮਾਨ ਵੇਚ ਉਹ ਕਰ ਮੈਂ ਇਨਕਾਰ ਕਰਤਾ ਜੀ ਮੈਂ ਲੋਕਾਂ ਨੂੰ ਨਸ਼ੇ ਪੱਤੇ ਤੇ ਨਹੀਂ ਲਾ ਸਕਦਾ ਕਿਉਂਕਿ ਅਸੀਂ ਆਪ ਮਰ ਗਏ ਨਸ਼ੇ ਪੱਤੇ ਦੇ ਕਰਕੇ ਇਸ ਕਰਕੇ ਮੈਨੂੰ ਟੌਰਚਰ ਕਰਕੇ ਮੈਂ ਗਿੱਟਾ ਤੋੜਿਆ ਤੇ ਸਾਨੂੰ ਬਸ ਕੁਝ ਕਹਿ ਨਹੀਂ ਸਕਦੇ ਅਸੀਂ ਵੀ ਸਾਡੇ ਨਾਲ ਕੀ ਹੋਇਆ ਅਸੀਂ ਬੇਨਤੀ ਕਰਦੇ ਆ ਅਸੀਂ ਬੇਨਤੀ ਕਰਦੇ ਆ ਪੰਜਾਬ ਭਗਵੰਤ ਮਾਨ ਸਿੰਘ ਨੂੰ ਕਿ ਜੋ ਵੀ ਜੇਲ੍ਹਾਂ ਦੇ ਵਿੱਚ ਸਪਲਾਈ ਹੋ ਰਿਹਾ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਤੇ ਜਿੰਨੇ ਵੀ ਹੈਗੇ ਸਾਰੇ ਇਹ ਮੁਲਾਜ਼ਮ ਹੀ ਲੈ ਕੇ ਜਾਂਦੇ ਨੇ ਤੇ ਬਾਅਦ 'ਚ ਮੁੰਡਿਆਂ ਨੂੰ ਕੁੱਟਦੇ ਨੇ ਤੁਹਾਡੇ ਕੋਲ ਕਿੱਥੋਂ ਆਇਆ ਤੇ ਸਾਰੇ ਆਪਣੇ ਪੰਜਾਬ ਨੂੰ ਸਾਰੇ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਸਾਰੇ ਹੱਲ ਹੋਈ ਜਾਂਦੇ ਨੇ ਵੀ ਇੱਕ ਵਾਰੀ ਸਾਰੇ ਨੂੰ ਵੀ ਜੇਲ੍ਹਾਂ ਕੰਨੀ ਵੀ ਝਾਕੋ ਵੀ ਉਰੇ ਵੀ ਕਿਸੇ ਦੇ ਪੁੱਤ